Hello friends, here is your Reet Kaur and welcome back to your favorite channel Earn Money Job. For more updates related to government jobs, right now subscribe our YouTube channel Earn Money Job. Aaj main tohade naal share karan lagi haan kuch recent vacancies jehdi tusi fill kar sakde haan jehde vaste vi tusi eligible hoye. So jehdi pehli vacancy hai friends, moving to the first vacancy, the sab to pehli vacancy aayi hai college Ludhiana de vich aayi hai. ਇਹ ਗੌਰਮੈਂਟ ਪੋਸਟ ਹੈਗੀ ਆ ਜਿੰਨੀਆਂ ਵੀ ਮੈਂ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਨ ਰਹੀ ਹਾਂ. ਸੋ ਇਸਦੇ ਵਿੱਚ ਜਿਹੜੀ ਆ ਪੋਸਟ ਆ ਫੋਰ ਦਾ ਪੋਸਟ ਆਫ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੀ ਆ ਵੈਕੈਂਸੀ ਨਿਕਲੀ ਹੈ ਇਸਦੇ ਵਿੱਚ. ਪਹਿਲਾਂ ਇਹ ਕੰਟਰੈਕਟ ਬੇਸਿਸ 'ਤੇ ਹੋਏਗੀ, ਮੀਨਸ ਪ੍ਰੋਵਿਜ਼ਨ ਪੀਰੀਅਡ 'ਤੇ ਹੋਏਗੀ, ਉਸ ਤੋਂ ਬਾਅਦ ਜੋ ਰੈਗੂਲਰ ਕੀਤੀ ਜਾਏਗੀ. ਦਿਸ ਇਜ਼ ਅ ਗੌਰਮੈਂਟ ਜੋਬ. ਇਹਦੇ ਵਿੱਚ ਜਿਹੜੀ ਅਸਿਸਟੈਂਟ ਪ੍ਰੋਫੈਸਰ ਆ, ਦੈਟ ਇਜ਼ ਫੋਰ ਦਾ ਪੋਸਟ ਫੋਰ ਦਾ ਸਬਜੈਕਟ ਆਫ ਹਿੰਦੀ, ਪੰਜਾਬੀ, ਇੰਗਲਿਸ਼, ਹਿਸਟਰੀ, ਮੈਥਾਮੈਟਿਕਸ, ਫਿਜ਼ਿਕਸ, ਬੋਟਨੀ, ਜ਼ੂਲੋਜੀ, ਕੈਮਿਸਟਰੀ, ਕਾਮਰਸ, ਕੰਪਿਊਟਰ ਐਪਲੀਕੇਸ਼ਨ, ਇਨਫੋਰਮੇਸ਼ਨ ਟੈਕਨੋਲੋਜੀ. ਸੋ ਇਹਦੇ ਵਿੱਚ ਜਿਹੜੇ ਵੀ ਫਰੈਂਡਸ ਮੇਰੇ ਐਲੀਜੀਬਲ ਹੈਗੇ ਨੇ ਉਹ ਇਹ ਵਾਲੇ ਫੋਰਮ ਵਾਸਤੇ ਫਿਲ ਕਰ ਸਕਦੇ ਆ. ਇਹ 'ਚ ਸਾਰਿਆਂ ਮੈਂ ਤੁਹਾਨੂੰ ਇਨਸ਼ੋਰ 'ਚ ਦੱਸਣ ਲੱਗੀ ਹਾਂ. ਪ੍ਰੋਪਰ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਮਤਲਬ ਜਿਹਦੇ ਵਾਸਤੇ ਐਲੀਜੀਬਲ ਹੋ ਤੁਸੀਂ ਮੈਨੂੰ ਕਮੈਂਟ ਬਾਕਸ ਪੁੱਛ ਸਕਦੇ ਆ. ਨੈਕਸਟ ਵੈਕੈਂਸੀ ਆ ਫਰੈਂਡਸ, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ, ਐਗਰੀਕਲਚਰ ਟੈਕਨੋਲੋਜੀ ਐਪਲੀਕੇਸ਼ਨ, ਲੁਧਿਆਣਾ. ਇਹਦੇ ਵਿੱਚ ਸਿੱਧੀ ਹੀ ਇੰਟਰਵਿਊ ਹੋਣ ਵਾਲੀ ਹੈ ਫੋਰ ਦਾ ਪੋਸਟ ਆਫ SRF, YP ਐਂਡ DEO. ਸੋ ਇਹ ਤਿੰਨ ਵੈਕੈਂਸੀ ਜਿਹੜੀਆਂ ਨੇ, ਤਿੰਨ ਪੋਸਟ ਜਿਹੜੀਆਂ ਨੇ ਨਿਕਲੀਆਂ ਨੇ ਲੁਧਿਆਣਾ ਦੇ ਵਿੱਚ. ਸਿੱਧੀ ਇਹਦੀ ਇੰਟਰਵਿਊ ਹੈਗੀ ਹੈ 25th ਨੂੰ 10 ਵਜੇ ਨਾਲ. ਫਰਦਰ ਇਨਫੋਰਮੇਸ਼ਨ ਲਈ ਇਹਨਾਂ ਦੀ ਸਾਈਟ ਦੇ ਵਾਸਤੇ ਤੁਸੀਂ ਜਿਹੜੇ ਹੋ ਵਿਜ਼ਿਟ ਕਰ ਸਕਦੇ, ਅਦਰਵਾਈਜ਼ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ. ਨੈਕਸਟ ਵੈਕੈਂਸੀ ਨਿਕਲੀ ਹੈ ਫਰੈਂਡਸ RGI ਰੋਪੜ ਅਤੇ ਪਟਿਆਲਾ ਦੋਨੋਂ ਕੈਂਪਸ ਦੇ ਵਿੱਚ. ਇਸਦੇ ਵਿੱਚ ਇਹਨਾਂ ਨੇ ਡਾਇਰੈਕਟੋਰੇਟ ਪ੍ਰਿੰਸੀਪਲ, ਦੈਟ ਇਜ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਫੋਰ ਪਟਿਆਲਾ ਕੈਂਪਸ ਵਾਸਤੇ, ਪ੍ਰੋਫੈਸਰ ਅਤੇ ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਲਈ ਉਹਨਾਂ ਨੇ ਇੰਜੀਨੀਅਰਿੰਗ ਲਈ, ਮੈਨੇਜਮੈਂਟ ਲਈ, ਫਾਰਮੇਸੀ ਲਈ, ਹੋਟੇਲ ਮੈਨੇਜਮੈਂਟ ਲਈ, ਪੋਲੀਟੈਕਨੀਕਲ ਲਈ. ਅਤੇ ਨੋਨ ਟੀਚਿੰਗ ਸਟਾਫ ਵੀ ਰਿਕੁਆਇਰਮੈਂਟ ਹੈ ਉੱਥੇ, ਜਨਰਲ ਮੈਨੇਜਰ ਐਡਮਿਨਿਸਟ੍ਰੇਸ਼ਨ, ਅਸਿਸਟੈਂਟ ਨੈਟਵਰਕ ਐਡਮਿਨਿਸਟ੍ਰੇਟਰ ਅਤੇ ਹਾਰਡਵੇਅਰ ਇੰਜੀਨੀਅਰ ਵਾਸਤੇ. ਸੋ ਇਹ ਸਿੱਧੀ ਇੰਟਰਵਿਊ ਹੋਣ ਵਾਲੀ, ਕੋਈ ਰਿਟਨ ਟੈਸਟ ਨਹੀਂ ਹੈਗਾ. 20 July ਨੂੰ ਤੁਸੀਂ ਉੱਥੇ ਰਿਪੋਰਟ ਕਰ ਸਕਦੇ ਹੈਗੇ ਫੋਰ ਦਾ ਰੋਪੜ ਐਂਡ ਪਟਿਆਲਾ ਕੈਂਪਸ. ਨੈਕਸਟ ਵੈਕੈਂਸੀ ਫਰੈਂਡਸ ਆਈ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ. ਇਸਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਫੋਰ ਦਾ ਪੋਸਟ ਆਫ ਲੈਬੋਰਟਰੀ ਟੈਕਨੀਸ਼ੀਅਨ ਜਿਹੜੇ ਆ ਉਹ ਵੈਕੈਂਸੀਜ਼ ਨਿਕਲੀਆਂ ਨੇ. ਇਹਨਾਂ ਦੀ ਸਾਈਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੈਗੇ ਆ. 5 ਤਰੀਕ ਇਹਦੀ ਲਾਸਟ ਹੈ. ਨੈਕਸਟ ਵੈਕੈਂਸੀ ਫਰੈਂਡਸ ਹੈਗੀ ਆ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਗੁਰਦਾਸਪੁਰ ਦੇ ਵਿੱਚ. ਇਸਦੇ ਵਿੱਚ ਸਿੱਧੀ ਇਹਦੀ ਇੰਟਰਵਿਊ ਹੀ ਹੋਣ ਵਾਲੀ, ਗੈਸਟ ਫੈਕਲਿਟੀ ਜਿਹੜੀ ਆ ਉਹਦੇ ਵਾਸਤੇ ਇਹਦੀ ਇੰਟਰਵਿਊ ਹੈਗੀ ਆ. ਪੇ ਸਕੇਲ ਇਹਦਾ ਗੁੱਡ ਹੈਗਾ ਵਾ ਫੋਰ ਇੰਜੀਨੀਅਰਿੰਗ ਵਿੰਗ ਦੇ ਵਾਸਤੇ ਆ. ਜਿਹੜੇ ਡਿਪਾਰਟਮੈਂਟਸ ਆ ਉਹ ਸਾਇੰਸ, BSc ਐਗਰੀਕਲਚਰ, BCOM ਅਤੇ CSE ਜਿਹੜੀ ਆ ਉਹਨਾਂ ਡਿਪਾਰਟਮੈਂਟਸ ਦੇ ਵਿੱਚ ਜਿਹੜੀ ਆ ਵੈਕੈਂਸੀਜ਼ ਓਪਨ ਹੋਈਆਂ ਨੇ. ਤੁਸੀਂ ਇਸਦੇ ਵਾਸਤੇ ਜਿਹੜੀ ਇੰਟਰਵਿਊ ਜਿਹੜੀ ਆ 25/7/2019 ਨੂੰ ਜਿਹੜੇ ਆ ਉਹ ਕਰ ਸਕਦੇ ਆ, ਉਸਦੇ ਉੱਤੇ ਮੂਵ ਕਰ ਸਕਦੇ ਆ. ਇਸਦੀ ਸਾਈਟ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਆ, ਇੱਥੇ ਤੁਸੀਂ ਵਿਜ਼ਿਟ ਕਰਕੇ ਵੀ ਦੇਖ ਸਕਦੇ ਆ. ਅਦਰਵਾਈਜ਼ ਕਮੈਂਟ ਬਾਕਸ ਇਜ਼ ਦੇਅਰ ਟੂ ਆਸਕ ਮੀ. ਨੈਕਸਟ ਵੈਕੈਂਸੀ ਆ ਫਰੈਂਡਸ, ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ. ਇਸਦੇ ਵਿੱਚ ਜਿਹੜੀਆਂ ਵੈਕੈਂਸੀਜ਼ ਇਹਨਾਂ ਨੇ ਕੱਢੀਆਂ ਨੇ ਫੋਰ ਦਾ ਪੋਸਟ ਆਫ ਅਸਿਸਟੈਂਟ ਪ੍ਰੋਫੈਸਰ, ਰੈਗੂਲਰ ਬੇਸਿਸ ਦੇ ਉੱਪਰ ਇਹ ਵੀ ਵੈਕੈਂਸੀਜ਼ ਹੈਗੀਆਂ ਨੇ ਜਿੰਨੇ ਵੀ ਐਫੀਲੀਏਟਡ ਕਾਲਜਿਸ ਹੈਗੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ. ਸੋ ਜਿਹੜੇ ਸਬਜੈਕਟਸ ਹੈਗੇ ਨੇ ਉਹ ਐਜੂਕੇਸ਼ਨ ਦੇ ਵਿੱਚ ਪੋਲੀਟੀਕਲ ਸਾਇੰਸ, ਸੋਸ਼ੋਲੋਜੀ, ਪੀਡੋਲੋਜੀ, ਮੈਥਾਮੈਟਿਕਸ, ਸਾਇੰਸ, ਸੋਸ਼ਲ ਸਾਇੰਸ, ਲੈਂਗੁਏਜ, ਅਸਿਸਟੈਂਟ ਪ੍ਰੋਫੈਸਰ ਇਨ ਫਾਈਨ ਆਰਟਸ, ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ. ਸੋ ਇਹ ਵਾਲੇ ਜਿਹੜੇ ਤੁਸੀਂ ਜਿਹੜੇ ਫਿਲ ਕਰ ਸਕਦੇ ਆ. ਸੋ ਬੱਬਰ ਮੈਮੋਰੀਅਲ, ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਆ ਫਰੈਂਡਸ ਗੜਸ਼ੰਕਰ ਦੇ ਵਿੱਚ, ਉਸਦੇ ਵਿੱਚ ਜਿਹੜੇ ਆ ਇਹ ਵਾਲੇ ਪੋਸਟ ਵੈਕੈਂਸੀ ਜਿਹੜੀਆਂ ਓਪਨ ਹੋਈਆਂ ਨੇ. ਜਿਹੜੇ ਵੀ ਫਰੈਂਡਸ ਜਿਹੜੇ ਐਲੀਜੀਬਲ ਨੇ ਫੋਰਮ ਜ਼ਰੂਰ ਫਿਲ ਕਰ ਸਕਦੇ, ਰੈਗੂਲਰ ਬੇਸਿਸ ਦੇ ਉੱਪਰ ਹੈ. ਇਸਦੇ ਰਿਲੇਟਡ ਕੋਈ ਸਟੱਡੀ ਮਟੀਰੀਅਲ ਚਾਹੀਦਾ ਹੈ ਤਾਂ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ, ਉੱਥੇ ਡਾਊਨਲੋਡ ਕਰ ਸਕਦੇ ਆ. ਅਦਰਵਾਈਜ਼ ਜੇਕਰ ਹੋਰ ਵੀ ਕੋਈ ਡਾਊਟ ਆਉਣ, ਇਹਨਾਂ ਫੋਰਮ ਫਿਲ ਕਰਨ 'ਚ ਵੀ ਪ੍ਰੋਬਲਮ ਆਉਂਦੀ ਹੈ, ਤਾਂ ਮੈਂ ਇਸੇ ਵੀਡੀਓ ਦੇ ਲਾਸਟ 'ਚ ਤੁਹਾਨੂੰ ਦੱਸਣ ਲੱਗੀ ਹੈ ਸਾਈਟ ਜਿਹਦੇ ਵਿੱਚ ਜਿੰਨੇ ਵੀ ਮੈਂ ਤੁਹਾਨੂੰ ਫੋਰਮ ਦੱਸਣ ਦੀ ਆ ਇਹਦੀ ਫੁੱਲ ਡਿਟੇਲ, ਅਤੇ ਤੁਸੀਂ ਫੋਰਮ ਫਿਲ ਕਰ ਸਕਦੇ ਆ. ਨੈਕਸਟ ਵੈਕੈਂਸੀ ਆ ਫਰੈਂਡਸ, ਹਾਇਰ ਐਜੂਕੇਸ਼ਨ ਇੰਸਟੀਟਿਊਟ ਸੁਸਾਇਟੀ ਗੌਰਮੈਂਟ ਕਾਲਜ ਅਮਰਗੜ੍ਹ ਦੇ ਵਿੱਚ ਜਿਹੜੀਆਂ ਨੇ ਇਹਦੀ ਸਿੱਧੀ ਇੰਟਰਵਿਊ ਹੀ ਹੋਣ ਵਾਲੀ ਆ. ਸੋ ਇਸਦੇ ਵਿੱਚ ਵੀ ਵੈਕੈਂਸੀਜ਼ ਨਿਕਲੀਆਂ ਨੇ. ਸਿੱਧੀ ਇੰਟਰਵਿਊ ਜਿਹੜੀ ਆ ਦੋ ਪੋਸਟ ਆ, ਲੈਕਚਰਾਰ ਦੀ ਇਨ ਕੰਪਿਊਟਰ ਐਪਲੀਕੇਸ਼ਨ. ਸੋ 23 July ਨੂੰ ਤੁਸੀਂ ਇਹ ਵਾਲੀ ਜਿਹੜੀ ਆ ਪੋਸਟ ਦੇ ਵਾਸਤੇ ਮੂਵ ਕਰ ਸਕਦੇ ਹਾਂ. ਨੈਕਸਟ ਵੈਕੈਂਸੀ ਆ ਫਰੈਂਡਸ, ਗੌਰਮੈਂਟ ਆਫ ਇੰਡੀਆ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ. ਇਹਦੇ 'ਚ ਵੈਕੈਂਸੀਜ਼ ਆ ਸੀਨੀਅਰ ਅਕਾਊਂਟ ਆਫਿਸਰ, ਅਸਿਸਟੈਂਟ ਅਕਾਊਂਟ ਆਫਿਸਰ, ਪ੍ਰਾਈਵੇਟ ਸੈਕਟਰੀ, ਸੈਕਸ਼ਨ ਆਫਿਸਰ ਅਤੇ ASO. ਇਸਦੇ ਰਿਲੇਟਡ ਜਿਹੜੇ ਵੀ ਕੈਂਡੀਡੇਟਸ ਐਲੀਜੀਬਲ ਹੈਗੇ ਆ, ਇਹਦੇ ਵਿੱਚ ਤੁਸੀਂ 15 September ਤੋਂ ਪਹਿਲਾਂ ਜਿਹੜੇ ਫੋਰਮ ਫਿਲ ਕਰਦੇ ਨੇ. ਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋਣ ਦੀ, ਪੇ ਸਕਿੱਲ ਤੁਹਾਡੇ ਸਾਹਮਣੇ ਸਕਰੀਨ ਦੇ ਸ਼ੋਅ ਹੁੰਦੀ ਆ, ਅਤੇ ਨੰਬਰ ਆਫ ਪੋਸਟ ਵੀ ਤੁਹਾਨੂੰ ਸ਼ੋਅ ਹੁੰਦੀਆਂ ਨੇ. ਜਿਹੜੇ ਫਰੈਂਡਸ ਐਲੀਜੀਬਲ ਆ, ਮੈਂ ਹਰ ਇੱਕ ਪੋਸਟ ਨੂੰ ਇਨ ਸ਼ਾਰਟਸ ਦੱਸਣ ਦੀ ਕਿੱਥੇ ਕਿਹੜੀ ਕਿਹੜੀ ਪੋਸਟ ਫਿਲ ਜਿਹੜੀ ਹੋਣ ਵਾਲੀ ਆ. ਜੇਕਰ ਤੁਹਾਨੂੰ ਕੋਈ ਫਰਦਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਮੈਨੂੰ ਪੁੱਛ ਸਕਦੀ ਆ. ਇਫ ਆਈ ਵਿਲ ਮੂਵ ਟੂ ਈਚ ਐਂਡ ਐਵਰੀ ਡਿਟੇਲ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ. ਸੋ ਐਲੀਜੀਬਲ ਕੈਂਡੀਡੇਟਸ, ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ.
ਨੈਕਸਟ ਵੈਕੈਂਸੀ ਆ ਫਰੈਂਡਸ ਆਰਮੀ ਪਬਲਿਕ ਸਕੂਲ ਬਠਿੰਡਾ ਕੈਂਟ, ਇਹਦੇ ਵਿੱਚ ਵੀ ਜਿਹੜੀਆਂ ਨੇ ਵੈਕੈਂਸੀਜ਼ ਨੇ ਆਈ ਟੀ ਸੁਪਰਵਾਈਜ਼ਰ ਦੀਆਂ, ਅਪਰ ਡਿਵੀਜ਼ਨ ਕਲਰਕ ਦੀਆਂ, ਕੰਪਿਊਟਰ ਲੈਬ ਟੈਕਨੀਸ਼ੀਅਨ ਦੀਆਂ। ਸੋ ਇਹ ਵਾਲੀਆਂ ਵੈਕੈਂਸੀਜ਼ ਜਿਹੜੀਆਂ ਤੁਸੀਂ ਫਿਲ ਕਰ ਸਕਦੇ ਆ ਐਲੀਜੀਬਲ ਕੈਂਡੀਡੇਟਸ। ਨੈਕਸਟ ਵੈਕੈਂਸੀ ਆ ਫਰੈਂਡ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿੱਚ, ਇਸ ਦੇ ਵਿੱਚ ਵੀ ਇਹਨਾਂ ਨੇ ਔਨਲਾਈਨ ਐਪਲੀਕੇਸ਼ਨ ਜਿਹੜੇ ਉਹ ਮੰਗੇ ਨੇ ਫੋਰ ਟੀਚਿੰਗ ਅਤੇ ਨੋਨ ਟੀਚਿੰਗ ਪੋਸਟ, ਕਿਹੜੀਆਂ ਪੋਜੀਸ਼ਨਸ ਆ ਉਸ ਦੇ ਵਾਸਤੇ ਤੁਸੀਂ ਸਾਈਟ ਦੇ ਉੱਪਰ ਵਿਜ਼ਿਟ ਕਰ ਸਕਦੇ ਆ। ਲਾਸਟ ਡੇਟ ਜਿਹੜੀ ਆ ਇਹਨੂੰ ਅਪਲਾਈ ਕਰਨ ਦੀ 29th July ਹੈ। ਸੋ ਉਸ ਦੇ ਵਿੱਚ ਵੀ ਵੈਕੈਂਸੀਜ਼ ਓਪਨ ਹੋਈਆਂ ਨੇ। ਨੈਕਸਟ ਵੈਕੈਂਸੀ ਆ ਫਰੈਂਡ ਨੈਸ਼ਨਲ ਇੰਸਟੀਟਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ, ਇਹਦੇ ਵਿੱਚ ਵੈਕੈਂਸੀਜ਼ ਨਿਕਲੇ ਨੇ ਅਕਾਊਂਟ ਐਗਜੀਕਿਊਟਿਵ ਦੀਆਂ, ਕੰਪਿਊਟਰ ਆਪਰੇਟਰ ਦੀਆਂ, ਟੈਕਨੀਕਲ ਅਸਿਸਟੈਂਟ ਦੀਆਂ, ਕਾਲ ਸੈਂਟਰ ਐਗਜੀਕਿਊਟਿਵ ਦੀਆਂ ਅਤੇ ਡਾਟਾ ਐਂਟਰੀ ਆਪਰੇਟਰ ਦੀਆਂ। ਸੋ ਇਸ ਦੇ ਵਿੱਚ ਵੀ ਤੁਸੀਂ ਜਿਹੜੇ ਅਪਲਾਈ ਕਰ ਸਕਦੇ ਆ 2019 ਤੋਂ ਪਹਿਲਾਂ ਤੁਸੀਂ ਜਿਹੜਾ ਵਾ ਅਪਲਾਈ ਕਰਨਾ ਇਹਨਾਂ ਪੋਸਟ ਦੇ ਵਾਸਤੇ। ਐਲੀਜੀਬਲ ਕੈਂਡੀਡੇਟ ਜਿਹੜੇ ਆ ਜ਼ਰੂਰ ਜਿਹੜੇ ਜਿੰਨੇ ਵੀ ਫੋਰਮ ਦੱਸਣ ਦੀਆਂ ਜ਼ਰੂਰ ਫਿਲ ਕਰਨਾ, ਜਿੰਨੀਆਂ ਵੀ ਪੋਸਟ ਨੇ ਸਾਰੀਆਂ ਗੌਰਮੈਂਟ ਨੇ। ਸੋ ਨੈਕਸਟ ਜਿਹੜੀ ਵੈਕੈਂਸੀ ਆ ਫਰੈਂਡਸ ਉਹ ਹੈਗੀ ਆ ਬੋਰਡ ਆਫ ਸਕੂਲ ਐਜੂਕੇਸ਼ਨ ਹਰਿਆਣਾ, ਉਹਦੇ ਵਿੱਚ ਵੈਕੈਂਸੀਜ਼ ਕੱਢੀਆਂ ਨੇ ਪ੍ਰਿੰਸੀਪਲ ਦੀਆਂ, ਪੋਸਟ ਗ੍ਰੈਜੂਏਟ ਟੀਚਰਸ ਜਿਹੜੇ ਨੇ ਸਬਜੈਕਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੁੰਦੇ ਆ, ਟ੍ਰੇਡ ਗ੍ਰੈਜੂਏਟ ਟੀਚਰ, ਲਾਇਬ੍ਰੇਰੀਅਨ ਕਲਰਕ ਅਤੇ ਅਕਾਊਂਟ ਕਲਰਕ ਦੀਆਂ। ਸੋ ਇਸ ਦੇ ਵਾਸਤੇ ਵੀ ਤੁਸੀਂ ਜਿਹੜੇ ਆ ਫੋਰਮ ਫਿਲ ਕਰ ਸਕਦੇ ਹੈਗੇ, 27 ਤੋਂ ਪਹਿਲਾਂ ਤੁਸੀਂ ਇਹ ਵਾਲੇ ਫੋਰਮ ਫਿਲ ਕਰਕੇ ਉਹਨਾਂ ਨੂੰ ਦੇਣੇ ਆ। ਨੈਕਸਟ ਵੈਕੈਂਸੀ ਆ ਫਰੈਂਡਸ, ਇਹਦੇ ਵਿੱਚ ਵੀ ਇਹਨਾਂ ਨੇ ਐਡਮਿਨਿਸਟ੍ਰੇਟਿਵ ਆਫਿਸਰ ਦੀ ਜਿਹੜੀ ਆ ਉਹ ਵੈਕੈਂਸੀ ਨਿਕਲੀ ਹੈਗੀ ਆ, ਮਾਈ ਭਾਗੋ ਆਰਮ ਫੋਰਸ ਪ੍ਰੈਪਰੇਟਰੀ ਇੰਸਟੀਟਿਊਸ਼ਨ ਫੋਰ ਗਰਲਸ, ਉਹਦੇ ਵਾਸਤੇ SCS ਨਗਰ ਮੋਹਾਲੀ, ਉਹਦੇ ਵਿੱਚ ਵੈਕੈਂਸੀ ਕੱਢੀ ਉਹਨਾਂ ਨੇ ਐਡਮਿਨਿਸਟ੍ਰੇਟਿਵ ਆਫਿਸਰ ਦੀ। ਸੋ ਫਰੈਂਡਸ ਜਿੰਨੀਆਂ ਵੀ ਤੁਹਾਨੂੰ ਮੈਂ ਵੈਕੈਂਸੀ ਦੱਸਣ ਦੀਆਂ, ਭਾਵੇਂ ਸ਼ੋਰਟ 'ਚ ਦੱਸਣ ਦੀ ਆ, ਮੇਰਾ ਮੇਨ ਏਮ ਹੈ ਕਿ ਤੁਹਾਨੂੰ ਦੱਸ ਚੁੱਕਾਂ ਕਿਹੜੇ ਕਿਹੜੇ ਡਿਪਾਰਟਮੈਂਟਸ ਕਿਹੜੀਆਂ ਕਿਹੜੀਆਂ ਵੈਕੈਂਸੀਜ਼ ਆਉਂਦੀਆਂ ਨੇ, ਸਾਰੀਆਂ ਗੌਰਮੈਂਟ ਵੈਕੈਂਸੀਜ਼ ਆ, ਇਸ ਦੇ ਰਿਲੇਟਿਡ ਇਹਨੂੰ ਕਰੈਕ ਕਰਨ ਲਈ, ਜੋਬ ਲੈਣ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਲਪ ਦੀ ਲੋੜ ਹੈ, ਤੁਸੀਂ ਮੈਨੂੰ ਕਮੈਂਟ ਬਾਕਸ ਪੁੱਛ ਸਕਦੇ ਆ, ਫੋਰਮ ਜਿਹੜੇ ਫਿਲ ਕਰ ਸਕਦੇ, ਕੋਈ ਪ੍ਰੋਬਲਮ ਆਉਂਦੀ ਡੂ ਆਸਕ ਮੀਨ ਦਾ ਕਮੈਂਟ ਬਾਕਸ। ਸੋ ਇਹ ਸਾਰੀਆਂ ਵੈਕੈਂਸੀ ਸੀ, ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦੀ ਕਿ ਯੂ ਕੈਨ ਜੁਆਇਨ ਅ ਵਟਸਐਪ ਗਰੁੱਪ ਆਲਸੋ ਫੋਰ ਡੇਲੀ ਅਪਡੇਟਸ, ਕਿ ਜਿਹਦੇ ਨਾਲ ਤੁਹਾਨੂੰ ਡੇਲੀ ਅਪਡੇਟਸ ਮਿਲਣ, ਡੇਲੀ ਜਿਹੜੀ ਵੀ ਵੈਕੈਂਸੀ ਆਉਂਦੀ ਨਾਲ ਦੇ ਨਾਲ ਤੁਹਾਨੂੰ ਜਿਹੜੀ ਉਹ ਮਿਲਦੀ ਰਹਿੰਦੀ ਹੈ। ਪਲੱਸ ਇਹ ਵਾਲੇ ਵਟਸਐਪ ਗਰੁੱਪ ਦੇ ਵਿੱਚ ਤੁਹਾਨੂੰ GK ਦੇ ਕੁਇਜ਼ ਕੀਤੇ ਜਾਂਦੇ ਆ, ਫਰੈਂਡ ਯੂ ਹੈਵ ਕਰੰਟ ਅਫੇਅਰਸ, ਈਵਨ ਦੇ ਸਟੱਡੀ ਮਟੀਰੀਅਲ, ਦਿਸ ਇਜ਼ ਓਨਲੀ ਫੋਰ ਸਟੂਡੈਂਟਸ ਹੂ ਆਰ ਰੀਅਲੀ ਕੰਸਰਨ ਅਬਾਊਟ ਦੇਅਰ ਕਰੀਅਰ। ਸੋ ਇਸ ਦੇ ਵਾਸਤੇ ਜਿਹਨਾਂ ਨੂੰ ਜਿਹੜੀ ਵੀ ਕੋਈ ਜੁਆਇਨ ਕਰਨਾ ਚਾਹੁੰਦੇ ਆ ਫੋਰ ਡੇਲੀ ਅਪਡੇਟਸ, ਯੂ ਕੈਨ ਜੁਆਇਨ ਅ ਵਟਸਐਪ ਗਰੁੱਪ, ਉਸਦਾ ਲਿੰਕ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੈ, ਉੱਥੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਦਾ ਪਾਰਟ ਬਣ ਸਕਦੇ ਹਾਂ। ਯੂ ਕੈਨ ਆਲਸੋ ਜੁਆਇਨ ਅਸ ਔਨ ਟੈਲੀਗ੍ਰਾਮ, ਫੋਰ ਦੈਟ ਯੂ ਕੈਨ ਕਲਿੱਕ ਔਨ ਦਾ ਡਿਸਕ੍ਰਿਪਸ਼ਨ ਗਿਵਨ ਬਲੋ, ਉਹਦੇ ਵਿੱਚ ਇੱਕ ਲਿੰਕ ਦਿੱਤਾ ਹੈ, ਉਹਦੇ ਵਿੱਚ ਤੁਸੀਂ ਕਲਿੱਕ ਕਰਕੇ ਸਾਡਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਹਾਂ ਫੋਰ ਗੌਰਮੈਂਟ ਜੋਬ ਅਪਡੇਟ, ਸਾਰੇ ਗੌਰਮੈਂਟ ਜੋਬ ਦੀ ਅਪਡੇਟ ਲੈਣ ਦੇ ਵਾਸਤੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਵੀ ਹੈਵ ਸਪੈਸ਼ਲ ਨੋਟਸ ਫੋਰ ਕਰੈਕਿੰਗ ਦੀਜ਼ ਇਗਜ਼ਾਮ ਫੋਰ ਗੌਰਮੈਂਟ ਜੋਬਸ, ਸੋ ਇਹ ਸਾਰੇ ਨੋਟਸ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋਣ ਡਿਆ, ਇਹਦੇ ਵਿੱਚ ਥਿਊਰੀ ਵਾਈਜ਼ ਸਾਰੇ ਟੋਪਿਕ ਕਵਰ ਕੀਤੇ ਜਾਂਦੇ, ਪਿਛਲੇ ਸਾਲਾਂ ਦੇ ਜਿਹੜੇ ਪੇਪਰ ਹੋਏ ਉਹ ਸਾਰੇ ਇਹਦੇ ਵਿੱਚ ਵਿਦ ਆਨਸਰ ਕੀ ਦਿੱਤੇ ਆ, ਅਤੇ ਉਹਨਾਂ ਦੇ ਬੇਸਿਸ 'ਤੇ ਹੀ ਗਾਂਹ ਅੱਗੇ ਜਿਹੜੇ ਆ ਨੋਟਸ ਪ੍ਰਪੇਅਰ ਕੀਤੇ ਗਏ ਆ, ਥਿਊਰੀ ਵਾਈਜ਼ ਸਾਰੇ ਟੋਪਿਕ ਕਵਰ ਕਰਕੇ ਗਾਂਹ ਤੁਹਾਡੀ ਪ੍ਰੈਪਰੇਸ਼ਨ ਜਿਹੜੀ ਆ ਪ੍ਰੈਕਟਿਸ ਦੇ ਵਾਸਤੇ ਓਬਜੈਕਟਿਵ ਕੁਸ਼ਚਨਸ ਵੀ ਆ ਵਿਦ ਆਨਸਰ ਕੇ। ਸੋ ਇਫ ਯੂ ਆਰ ਪ੍ਰਪੇਅਰਿੰਗ ਫੋਰ ਐਨੀ ਆਫ ਦੀਜ਼ ਇਗਜ਼ਾਮ, ਯੂ ਕੈਨ ਆਸਕ ਮੀ ਫੋਰ ਦੀਜ਼ ਸਟੱਡੀ ਨੋਟਸ, ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਲਿੰਕ ਦਿੱਤਾ ਹੈ, ਉੱਥੇ ਕਲਿੱਕ ਕਰਕੇ ਬਾਏ ਪੇਇੰਗ ਅ ਸਮਾਲ ਅਮਾਊਂਟ ਯੂ ਕੈਨ ਹੈਵ ਦੀਜ਼ ਨੋਟਸ ਐਂਡ ਯੂ ਕੈਨ ਸਟਾਰਟ ਪ੍ਰਪੇਅਰਿੰਗ ਫੋਰ ਯੋਰ ਇਗਜ਼ਾਮ। ਵੀ ਹੈਵ ਆਲ ਵਟ ਐਵਰ ਯੂ ਵਾਂਟ, ਵੀ ਹੈਵ ਆਲ ਦ ਅਸਿਸਟੈਂਟ ਫੋਰ ਗਿਵਿੰਗ ਟੂ ਯੂ, ਕਿ ਤੁਸੀਂ ਆਪਣੇ ਇਗਜ਼ਾਮ ਕਰੈਕ ਕਰ ਸਕਦੇ ਹੋ, ਪਰ ਜਿਹੜੇ ਫੋਰਮ ਫਿਲ ਕਰਨੇ ਆ ਉਹਦੀ ਪ੍ਰੈਪਰੇਸ਼ਨ ਕਰਨੀ ਆ, ਉਹਦੀ ਤਿਆਰੀ ਕਰਨੀ ਆ, ਉਹ ਤੁਹਾਨੂੰ ਕਰਨੀ ਆ, ਸਾਡੇ ਵੱਲੋਂ ਗਾਈਡੈਂਸ ਮਿਲ ਸਕਦੀ ਆ, ਅਤੇ ਜਿਹੜੀ ਆ ਉਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਆ ਉਹ ਮਿਲ ਸਕਦੀ ਹੈ। ਸੋ ਫਿਲ ਦਿਸ ਫੋਰਮ ਜਿਹਦੇ ਵਾਸਤੇ ਵੀ ਤੁਸੀਂ ਐਲੀਜੀਬਲ ਹੋ। ਫਰੈਂਡਸ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਵੇਂ ਮੈਂ ਦੱਸਿਆ ਜਿੰਨੇ ਵੀ ਤੁਹਾਨੂੰ ਮੈਂ ਵੈਕੈਂਸੀਜ਼ ਦੱਸੀਆਂ ਨੇ ਸਾਰੀਆਂ ਸ਼ੋਰਟ ਦੱਸੀਆਂ ਹੈ, ਇਸਦੇ ਜਿਹੜੇ ਫੁੱਲ ਇਨਫੋਰਮੇਸ਼ਨ ਲੈਣ ਦੇ ਵਾਸਤੇ, ਪੰਜਾਬੀ 'ਚ ਫੁੱਲ ਇਨਫੋਰਮੇਸ਼ਨ ਲੈਣ ਲਈ, ਈਵਨ ਇਹ ਫੋਰਮ ਫਿਲ ਕਰਨ ਵਾਸਤੇ, ਇਸੇ ਵੀਡੀਓ ਦੇ ਨੀਚੇ ਮੈਂ ਸਾਈਟ ਦੱਸਣ ਲੱਗੀ ਹਾਂ, ਦੈਟ ਇਜ਼ www.earnmoneyjobs.com, ਉੱਥੇ ਵਿਜ਼ਿਟ ਕਰ ਸਕਦੇ, ਉੱਥੇ ਤੁਹਾਡੇ ਸਾਰੇ ਫੋਰਮ ਫਿਲ ਹੋ ਜਾਣਗੇ। ਦਿਸ ਇਜ਼ ਨੋਟ ਫੋਰ ਮਾਈ ਪ੍ਰਮੋਸ਼ਨ ਆਫ ਦਾ ਸਾਈਟ, ਦਿਸ ਇਜ਼ ਜਸਟ ਫੋਰ ਯੋਰ ਹੈਲਪ, ਕਿ ਤੁਸੀਂ ਉੱਥੇ ਜਾ ਕੇ ਇਹ ਸਾਰੀਆਂ ਵੈਕੈਂਸੀਜ਼ ਦੇ ਰਿਲੇਟਡ ਜਿਹੜਾ ਵਾ ਤੁਹਾਨੂੰ ਮਿਲ ਜਾਏਗਾ। ਡਿਸਕ੍ਰਿਪਸ਼ਨ ਬਾਕਸ ਸਾਈਟ ਦਿੱਤੀ ਹੈ www.earnmoneyjobs.com, earnmoneyjobs.com। So friend, this was all about today's video. I hope you have liked this video and stay tuned with your Reeth call for more government jobs update. Next video on government jobs related ja koi bhi study material de naal tuhadi di tuhadi wapas aayegi. Thank you for watching this video till the end. And if you're not yet subscribed my channel, subscribe this channel right now. Thank you and bye-bye.